ਸਾਡਾ ਸਿਗਰਟ ਵੀ ਨਹੀਂ ਹੈਗਾ ਸੀ। ਅੱਛਾ, ਤੁਹਾਡੇ ਬੇਟੇ ਕੋਲ? ਹਾਂ, ਤੇ ਉਹਨਾਂ ਨੇ ਡੇਢ ਕਿਲੋ ਪਾ ਦਿੱਤੀ। ਡੇਢ ਕਿਲੋ ਪਾ ਦਿੱਤੀ, ਤਰੀਕਾ ਭੁਗਤਾ ਦਾ। ਮੈਂ ਜਾਂਦਾ ਰਿਹਾ, ਆਉਂਦਾ ਰਿਹਾ, ਜਾਂਦਾ ਰਿਹਾ, ਆਉਂਦਾ ਰਿਹਾ। ਜਿੱਦਾਂ ਪੂਰੀ ਹੋ ਗਈ ਤੇ ਬੜੀ ਜੋ ਪੂਰੀ ਹੋ ਗਈ, ਪੈਸੇ ਨਹੀਂ ਲਾਏ ਲਾਣੇ। ਉਹ ਵਕੀਲ ਆਏ 10-12 ਹਾਈ ਕੋਰਟ ਚੋਂ, ਬਾਬਾ ਜੀ ਕੀ ਗੱਲ ਹੈ? ਮੈਂ ਕਿਹਾ ਜੀ ਇਹ ਗੱਲ ਪੂਰੀ ਹੋ ਗਈ ਹੈ, ਬਰੀ ਹੋ ਗਿਆ, FIR ਵੀ ਨਹੀਂ ਭੇਜਦੇ। 5-6 ਜਣੇ ਗਏ, ਉਹਨੇ ਸਾਰਿਆਂ ਨੇ 10-10 ਰੁਪਇਆ ਇਕੱਠਾ ਕੀਤਾ, ਉਹ ਮੈਨੂੰ ਦਿੱਤਾ। ਅੰਦਰ ਜਾ ਕੇ ਦੇਖਣ ਵਰਥੋਂ ਫੜ ਕੇ ਥੱਲੇ ਲਾ ਲਿਆ। ਕਹਿੰਦਾ ਬਗੈਰਤ ਦੇ ਆ ਪੁੱਤਰਾ, ਉਹਨੇ ਜਿਹੜਾ ਕਰਨਾ ਹੀ ਕੰਮ ਕਰਤਾ ਹੈ, ਫਿਰ ਡੇਢ ਕਿਲੋ ਪਾ ਕੇ ਅੰਦਰ ਦੇ ਦਿੱਤਾ ਸੀ। ਉਹਦੇ ਕੋਲ ਨਿਕਲਿਆ ਵੀ ਕੁਛ ਨਹੀਂ ਸੀ, ਹੈ ਤੇ ਉਹਦੇ ਕੋਲ ਪੈਸਾ ਨਹੀਂ ਹੈਗਾ ਰੋਕਾਰ ਭੇਜਣ ਲਈ। ਕਹਿੰਦਾ ਜੀ ਹੁਣੇ ਭੇਜ ਦੇ, ਕਹਿੰਦਾ ਤੈਨੂੰ ਮੈਂ ਦੱਸਾਂਗਾ ਫਿਰ। ਉਹ ਮੈਂ ਕਹਿੰਦਾ ਬਾਬਾ ਜੀ ਤੁਸੀਂ ਕਹੋ, ਜੇ ਮੁੰਡਾ ਰਾਤ ਨੂੰ ਘਰ ਨਾ ਆਏਗਾ, ਸਾਰਿਆਂ ਨੇ ਮੇਰੇ ਕੋਲ ਇਹ ਵੀ ਹੈਗੇ ਨੇ ਉਹ ਕਾਰਡ, ਉਹ ਵਕੀਲਾਂ ਦੇ ਕਾਰਡ ਸਾਰੇ ਦੇ ਕੇ। ਕਹਿੰਦਾ ਤੁਸੀਂ ਇੱਕ ਦੋ ਮੈਨੂੰ ਅਲਾਓ ਕਰਨਾ ਬਸ। ਬਸ ਜੀ ਬਾਬਾ ਜੀ, ਪੁਲਿਸ ਵਾਲੇ ਦੇਖਿਆ ਅਕਸਰ ਲਾਕੇ ਲਾ ਕੇ ਖਲੋਤੇ ਹੁੰਦੇ ਨੇ ਨਾ, ਤੇ ਬਟੂਏ ਚੈੱਕ ਕਰਦੇ ਨੇ, ਜੇਬਾਂ ਚੈੱਕ ਕਰਦੇ ਨੇ, ਦਿਹਾੜੀ ਲੱਗ ਗਈ। ਅਸਲ ਇਹ ਮਸਲਾ, ਦਿਹਾੜੀ ਲਾਉਣ ਦੇ ਚੱਕਰ ਚ ਨੇ, ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ ਬਾਬਾ ਜੀ ਇਹਨਾਂ ਨੂੰ। ਫਿਰ ਇੱਕ ਦੋ ਫੜ ਕੇ ਲਈ ਜਾ ਰਹੇ ਮੇਰੇ ਮੁੰਡੇ ਨੂੰ। ਅੱਛਾ, ਉਸੇ ਨੂੰ ਮੈਂ ਉਹਨੂੰ ਕਿਹਾ ਯਾਰ ਤੂੰ ਨਾ ਕੰਮ ਕਰੇ, ਨਾ ਪੀਵੇ, ਨਾ ਕੁਛ ਕਰੇ। ਮੈਂ ਆਪਣੇ ਮੁੰਡੇ ਨੂੰ ਕਹਿ ਰਿਹਾ, ਮੈਂ ਮੁੰਡੇ ਦਿੱਤਾ ਨਸ਼ਾ, ਉਹਨਾਂ ਨੇ ਮੈਨੂੰ ਫੜ ਲਿਆ। ਮੈਨੂੰ ਸਾਰੀ ਦਿਹਾੜੀ ਹਸਪਤਾਲ ਦੇ ਅੰਦਰ ਬਾਹਰ ਛੱਡਿਆ। ਕਿਹੜੇ ਥਾਣੇ 'ਚ? ਗਵਾਲ ਮੰਡੀ ਲੱਗਦਾ ਨਾ। ਅੱਛਾ ਅੱਛਾ ਅੱਛਾ, ਚੌਂਕੀ। ਅੱਛਾ, ਮੈਂ ਕਿਹਾ ਜੀ ਇਹ ਉੱਥੋਂ ਕਿਉਂ ਨਹੀਂ ਬੰਦ ਕਰਦੇ ਜਿੱਥੋਂ ਆਉਂਦੀ ਹੈ? ਨਾ ਆਵੇ, ਨਾ ਤੁਸੀਂ ਚਲਾਨ ਕਰੋ, ਨਾ ਅੰਦਰ ਭੇਜੋ। ਮੈਨੂੰ ਕਹਿੰਦਾ ਤੂੰ ਪੜ੍ਹੇ? ਮੈਂ ਕਿਹਾ ਨਹੀਂ। ਕਹਿੰਦਾ ਅਸੀਂ ਕਿੱਥੋਂ, ਜੱਜਾਂ ਨੇ ਕਿੱਥੋਂ ਖਾਣਾ, ਵਕੀਲਾਂ ਨੇ ਕਿੱਥੋਂ ਖਾਣਾ, ਮਿਨਿਸਟਰਾਂ ਨੇ ਕਿੱਥੋਂ ਖਾਣਾ, ਪੁਲਿਸ ਵਾਲਿਆਂ ਨੇ ਕਿੱਥੋਂ ਖਾਣਾ? ਮੈਂ ਕਿਹਾ ਕੰਮ ਜਾਰੀ ਰੱਖੋ। ਹਾਂਜੀ, ਇਹ ਨਹੀਂ ਰੁਕ ਸਕਦਾ, ਕਿਉਂਕਿ ਜਿੱਥੋਂ ਟੁਰਦੀ ਹੈ ਨਾ, ਉੱਥੋਂ ਵੱਡੇ ਵੱਡੇ ਜਿਹੜੇ ਥੰਮ ਨੇ ਨਾ ਪਾਕਿਸਤਾਨ ਦੇ, ਉਹਨਾਂ ਦੇ ਜ਼ਰੀਏ ਆਉਂਦੀ ਹੈ। ਔਰ ਇੱਥੇ 1-2-4 ਡੀਲਰ ਨੇ ਜਿਹੜੇ ਪੂਰੇ ਲਾਹੌਰ 'ਚ ਸਪਲਾਈ ਕਰਦੇ ਨੇ ਜਾਂ ਕਿਤੇ ਕਿਤੇ ਵੀ ਕਰਦੇ ਨੇ। ਬਾੜੇ ਗਏ, ਕਸਮ ਖੁਦਾ ਦੀ, ਇਹ ਕਮਰਾ ਛੋਟਾ, ਇਹਦੇ ਕੋਲ ਜ਼ਿਆਦਾ ਕਮਰੇ 'ਚ ਲੱਗੀ ਹੋਈ ਹੈ। ਅਗਰ ਪਾਕਿਸਤਾਨ ਜਿਸ ਤਰ੍ਹਾਂ ਆਰਡਰ ਲੱਗਾ ਹੈ ਬਾਬਾ ਜੀ, ਜਿਸ ਤਰ੍ਹਾਂ ਇੱਕ ਦੌਰ 'ਚ ਠੇਕੇ ਹੁੰਦੇ ਸੀ ਪਾਕਿਸਤਾਨ 'ਚ, ਮੌਜੂਦ ਹੁੰਦਾ ਸੀ, ਨਾਲ ਕਰੀ ਹੁੰਦਾ ਸੀ, ਚਰਸ ਦੀ ਵਜ੍ਹਾ ਤੋਂ ਚਰਸ ਤੇ ਪਾਬੰਦੀ ਹੈ ਤੇ ਦੂਸਰੇ ਨਸ਼ੇ ਖੁੱਲੇ ਆਮ ਮਿਲ ਰਹੇ ਨੇ, ਕੋਈ ਪੁੱਛਣ ਵਾਲਾ ਨਹੀਂ। ਪੁਲਿਸ ਵਾਲੇ ਬਹੁਤ ਜ਼ਿਆਦਾ ਕਰਦੇ ਆ ਜੀ, ਅੱਲਾ ਪਾਕ ਇਹਨਾਂ ਨੂੰ ਹਦਾਇਤ ਦੇਵੇ ਗੰਜੇ ਨੂੰ। ਉਹ ਫਿਰ ਠੀਕ ਹੈ, ਜਿਹੜਾ ਕਰਦਾ ਉਹਦੇ ਦਿਓ, ਉੱਥੇ ਦਿਓ, ਜਿਹਦੇ ਕੋਲ ਹੈਗਾ ਕੁਛ ਨਹੀਂ ਦੱਸਦੇ ਨੀ ਪਏ, ਮੈਂ ਵੀ ਉਹੀ ਦੱਸਣਾ ਪਿਆ, ਉਹੀ ਦੱਸ ਰਿਹਾ। ਠੀਕ ਹੈ, ਮੈਂ ਸਾਫੀਆਂ ਨੇ ਜਿਹਨੇ ਪੁਲਿਸ ਨੂੰ ਪੈਸੇ ਦਿੱਤੇ ਨੇ ਤੇ ਉਹਦੇ ਪਰਚੇ ਤੋਂ ਬਚ ਗਿਆ, ਤੇ ਜਿਹਨੇ ਪੈਸੇ ਪੁਲਿਸ ਨੂੰ ਨਹੀਂ ਦਿੱਤੇ ਉਹਦੇ ਤੇ ਰੱਜ ਕੇ ਪਰਚਾ ਟਕਾ ਕੇ ਕਰਦੇ ਨੇ, ਚਲੋ ਜੀ ਸਾਡੇ ਨੰਬਰ ਟੰਗੇ ਗਏ, 12-12 ਮਹੀਨਾ ਹੈਗਾ ਤੇ ਚਲੋ ਅਸੀਂ ਕੋਟਾ ਪੂਰਾ ਕਰੀਏ, ਬੰਦੇ ਜੇਲ੍ਹ 'ਚ ਭਰੀਏ, ਜੇਲ੍ਹਾਂ ਭਰੀਏ। ਬਸ ਟੈਲੀਫੋਨ ਆ ਗਿਆ ਮੱਛੀ ਮੰਡੀ ਨੂੰ। ਅੱਛਾ ਜੀ, ਮੈਨੂੰ ਬਿਠਾਇਆ ਸੀ ਉਹਨਾਂ ਨੇ, ਮੈਂ ਕਿਹਾ ਦੋ ਫੁੱਲਾਂ ਦੇ ਠਾਣੇ ਠਾਣੇਦਾਰ ਹੈਗਾ ਵੀ, ਮੈਂ ਕਿਹਾ ਮੈਨੂੰ ਇੱਦਾਂ ਗੱਲ ਨਹੀਂ ਕਰਾਉਣ ਗਈ ਇਹਨਾਂ ਦਾ, ਕਹਿੰਦਾ ਤੇਰਾ ਕੀ ਲੱਗਦਾ? ਮੈਂ ਕਿਹਾ ਲੱਗਦਾ ਕੁਛ ਨਹੀਂ, ਉਹਨੂੰ ਕਹਿਣਾ ਪਤਾ ਦੇਣਾ ਘਰ ਦਾ। ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਨਦੀਮ ਮੈਂ ਬੋਲ ਰਿਹਾ, ਸਹੀ ਕਿਸ ਗੱਲ 'ਚ ਲੈ ਕੇ ਆਇਆ? ਮੈਂ ਕਿਹਾ ਇਸ ਗੱਲ 'ਚ ਬਿਰਿਆਨੀ ਵੀ ਲਿਆ, ਚਾਹ ਵੀ ਲੈ ਕੇ ਆ,
जो खान मैं कोई चीज नहीं खानी मैं नहीं यार तू ए गल नहीं होनी नमाज पढ़न गया मुड़ के दूसरे दिन मिले कहना मैं बड़ा उन्हें खिचे किन्ने पैसे दें जिन्ने तू ले मैं ले ले बोलो कहना मैं निकिया कमाईया यार तू ज्यादती कर रहा है बुजुर्ग बंदे कहना मैं ले लिया नहीं कहना मैं लेना सी बुजुर्ग आदमी है यार तुसी लिहाज करो कुछ ते ख्याल करो कोई नहीं लिहाज कर रहे भाई कोई लिहाज नहीं कर रहे चलो जी फिर भी बाबा जी पाकिस्तान जिंदाबाद असि ते पाकिस्तान जिंदाबाद दे नारे मारने ने साडी पुलिस ठीक हो जाए जज ठीक हो जाए वकील ठीक हो जाए ते जुर्म मुक जाए कट के ना हां जी कोली दा आर्डर देना ते नवे भर्ती करन ठीक कहंदे कसम कुरान दी सारा कुछ सही हो जाए सारा कुछ सही कुरान दी कसम खाए के अल्लाह अकबर अल्लाह अकबर अल्लाह अकबर ठीक है जो हिंदुस्तान पाकिस्तान बनया था मैं 16 साल दा था जी 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 खुदा रसूल बंदे पता है कुछ नहीं और कुछ नहीं बहुत ज्यादती हो रही है अल्लाह पाक इनको जी हिदायत दे और इन्हें हलाल कमाई खान की आदत पावे तनखा बड़ी बड़ी इन्हें दादा गरीबों को आज दा गल सुनाओ भाई नोट कर लेना जी 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 जमात करवाण दा पहले दादा साहब ने पहले कराई है ना साडे तो जमण तो प्यो दा जमण तो कर दे अच्छा जी अच्छा जी इन्हें कहता है मेरा आप के बिंगा है ये दादा साहब भी गल सी उन्होंने कहा बंदे पांच चार और कहता नमाज तो पढ़ो असि भी पढ़न का पे इशा दी कहता सुबह ही नमाज तो पढ़ाओ कहता हमने पढ़ लो सुबह दी अच्छा जी रात का एक बजे कहता दूसरी आ गई है तो हम पढ़ लो नमाज पढ़ाई ਕਹਿੰਦਾ ਤੁਸੀਂ ਕਹਿ ਮਰਾ ਦਿੰਦਾ ਦੇਖੋ ਸਾਹਮਣੇ ਖਾਨਾ ਕਾਵਾ ਹੈਗਾ ਕਿ ਨਹੀਂ ਸੁਭਾਨ ਅੱਲਾ ਸੁਭਾਨ ਅੱਲਾ ਜਿਹੜੇ ਅੱਲਾ ਦੇ ਨੇਕ ਹੁੰਦੇ ਆ ਨਾ ਉਹ ਅੱਲਾ ਆਪਣੇ ਕੋਲ ਹੀ ਰੱਖਦਾ ਉਹਨਾਂ ਨੂੰ ਅੱਲਾ ਪਾਕ ਆਪਣੇ ਕੋਲ ਹੀ ਰੱਖਦਾ ਉਹਨਾਂ ਨੂੰ ਸਹੀ ਕਹਿ ਰਹੇ ਹੋ ਸੁਭਾਨ ਅੱਲਾ ਬਸ ਬੜੀ ਵੱਡੀ ਬਾਤ ਬੜੀ ਵੱਡੀ ਅੱਲਾ ਦੀ ਕਿਸਮਤ ਤੁਹਾਨੂੰ ਬੜਾ ਵੱਡਾ ਮੌਜ਼ਾ ਬੜਾ ਵੱਡਾ ਮੌਜ਼ਾ ਕਿ ਦਾਤਾ ਸਰਕਾਰ ਨਮਾਜ਼ ਪੜ ਰਹੇ ਤੇ ਖਾਨਾ ਕਾਬਾ ਤੁਹਾਨੂੰ ਦੀਦਾਰ ਹੋ ਰਿਹਾ ਨਾ ਸਾਹਮਣੇ ਉਹ ਆ ਗਏ ਜੀ ਸਾਹਮਣੇ ਖਾਨਾ ਕਾਬਾ ਜੀ ਆਪਣੇ ਅੱਖਾਂ ਨਾਲ ਦੇਖਿਆ ਅੱਲਾਹੁ ਅਕਬਰ ਅੱਲਾਹੁ ਅਕਬਰ ਸੁਭਾਨ ਅੱਲਾਹ ਉਹ ਮਸਜਿਦ ਪਹਿਲੇ ਅੱਗੇ ਹੀ ਸੀ ਹਾਂ ਹਾਂ ਪਿੱਛੇ ਹਟ ਗਈ ਹੈ ਨਾ ਬੜੀ ਬਾਤ ਸੁਭਾਨ ਅੱਲਾਹ ਦੇਖੋ ਨਾ ਜੀ ਬਾਬਾ ਜੀ ਬਜ਼ੁਰਗ ਹੈ देखे जब पाकिस्तान बना है बाबा जी 16 साल के थे दुख होता है बाबा जी देखे बाबा जी की आंखों में आंसू आ गए हैं अभी कि इतना सदमा इतनी ज्यादती ये कर रहे हैं ये लोग तो इनको कोई समझाने वाला कोई पूछने वाला नहीं है हमारे वजीरे आला है हमारे वजीरे आजम है हमारे जनरल है हमारी इतनी बड़ी फोर्स है कोई पूछने वाला नहीं है इन पुलिस वालों को कि हर बंदे से ज्यादती करते हैं ये हर बंदे से ज्यादती करते हैं अल्लाह पाक इनको हिदायत दे हालांकि इनकी तनहाएँ आजकल बहुत ज़्यादा हो गई है ठीक ठाक तनहाएँ हैं फिर भी ज्यादतियाँ कर रहे हैं कोई नहीं बाबा जी सब्र करें अल्लाह पाक इनसे पूछेगा इनको खुद ही पूछेगा अल्लाह पाक खैर करे।